ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਾ ਰਹੇ ਹਾਂ ਪਜੋੜੇ, ਪ੍ਰੋਗਰਾਮ ਹੈ ਆਪਣਾ। ਅੱਜ ਦਾ ਦੀਵਾਨ ਪਿੰਡ ਪਜੋੜਾ ਬਾਬਾ ਵਿਸਾਖਾ ਸਿੰਘ ਦੇ ਸਥਾਨ ਤੇ ਮਹਾਰਾਜ ਦੀ ਕਿਰਪਾ ਹੋਈ ਹੈ। ਵਿਸਾਖੀ ਦਾ ਦਿਹਾੜਾ ਜੋ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਇੱਥੇ ਦੀਵਾਨ ਹੋਰ ਵੀ ਜਥੇ ਪਹੁੰਚ ਰਹੇ ਆ ਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨਗੇ। ਗੁਰ ਇਤਿਹਾਸ ਨਾਲ ਜੁੜੀਏ, ਗੁਰਬਾਣੀ ਗਾਈਏ, ਆਪਣੇ ਜੀਵਨ ਨੂੰ ਸਫਲਿਆ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਗੁਰੂ ਨੇ ਅਪਾਰ ਕਿਰਪਾ ਕੀਤੀ ਹੈ। ਅੱਜ ਦਾ ਦੀਵਾਨ ਖਾਲਸੇ ਦੀ ਸਿਰਜਣਾ ਦਿਵਸ ਨੂੰ ਸਮਰਪਿਤ ਪਿੰਡ ਪਜੌੜ ਵਿਖੇ ਸੀਗਾ। ਸਮਾਰਨ ਨਿਰੈਬਿਤ ਕੀਤੀ ਹੈ, ਦੀਵਾਨਾਂ ਦੀ ਸਮਾਪਤੀ ਹੋਈ ਹੈ। ਸੰਗਤ ਨੇ ਬਹੁਤ ਪਿਆਰ ਦਿੱਤਾ, ਮਾਣ ਸਤਿਕਾਰ ਦਿੱਤਾ, ਮਹਾਰਾਜ ਕਿਰਪਾ ਕਰਨ। ਇਸੇ ਤਰ੍ਹਾਂ ਸੰਗਤ ਨਾਲ ਮੁਹੱਬਤ ਪਿਆਰ ਬਣਿਆ ਰਹੇ, ਗੁਰਚਰਨਾਂ ਨਾਲ ਪ੍ਰੀਤ ਬਣੀ ਰਹੇ। ਅਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਸਮਾਪਤ ਹੋ ਗਿਆ ਹੈ। ਹੁਣ ਅਸੀਂ ਆਪਾਂ ਗੱਡੀ ਦੇ ਵਿੱਚ ਜਾ ਰਹੇ ਹਾਂ ਆਪਣੇ ਗ੍ਰਹਿ ਵਿਖੇ, ਪਿੰਡ ਬਿਲਾਸਪੁਰ। ਸੋ ਮਹਾਰਾਜ ਕਿਰਪਾ ਕਰਨਗੇ। ਇਸੇ ਤਰ੍ਹਾਂ ਕੱਲ੍ਹ ਨੂੰ ਵਿਸਾਖੀ ਦਾ ਪੁਰਬ ਹੈ, ਪਾਵਨ ਪਵਿੱਤਰ ਦਿਹਾੜਾ ਹੈ। ਕੱਲ੍ਹ ਨੂੰ ਵੀ ਜਥਾ ਹਾਜ਼ਰੀ ਭਰੇਗਾ, ਛੇਵੇਂ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਸਥਾਨ 'ਤੇ। ਸੋ ਆਪਾਂ ਲਾਹਾ ਲਈਏ ਅਤੇ ਖੰਡੇ ਬਾਟੇ ਦੀ ਪੌਲ ਲਈਏ ਅਤੇ ਗੁਰੂ ਵਾਲੇ ਬਣੀਏ, ਬਾਣੀ ਅਤੇ ਬਾਣੀ ਦੇ ਧਾਰਨੀ ਹੋ ਕੇ ਗੁਰੂ ਦੀ ਰਹਿਤ ਮਰਿਆਦਾ ਨੂੰ ਦ੍ਰਿੜ ਕਰਦੇ ਹੋਏ ਗੁਰਸਿੱਖੀ ਦਾ ਪ੍ਰਚਾਰ ਕਰੀਏ। ਵੱਧ ਤੋਂ ਵੱਧ ਗੁਰਸਿੱਖੀ ਮਹਾਰਾਜ ਦੀ ਕਿਰਪਾ ਦੇ ਨਾਲ ਸੰਸਾਰ 'ਤੇ ਫੈਲੇ, ਜਥੇ ਵੱਲੋਂ ਇਹ ਕਾਮਨਾ ਹੈ। ਸੋ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।